ਸਿੱਖ ਧਰਮ ਦੀ ਹਰ ਗਤੀਵਿਧੀ ਅਤੇ ਗੁਰਬਾਣੀ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ ਅਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰ ਪਿਆਰਿਓ, ਇੱਕ ਦੁਵਿਧਾ ਦੇ ਵਿੱਚ ਇਨਸਾਨ ਹਮੇਸ਼ਾ ਰਹਿੰਦਾ ਹੈ ਕਿ ਕਿਸਮਤ ਹੈ ਕੀ, ਕਿਸਮਤ ਅਸੀਂ ਆਪ ਬਣਾਉਣੀ ਹੁੰਦੀ ਹੈ ਜਾਂ ਪਰਮਾਤਮਾ ਸਾਡੀ ਕਿਸਮਤ ਪਹਿਲਾਂ ਤੋਂ ਹੀ ਲਿਖ ਕੇ ਭੇਜਦਾ ਹੈ। ਦੋ ਸਿੰਘਣੀਆਂ ਨੇ, ਦੋ ਭੈਣਾਂ ਨੇ ਇਸ ਦੇ ਉੱਤੇ ਚਰਚਾ ਕੀਤੀ। ਆਖਿਰ ਕੀ ਹੱਲ ਨਿਕਲਿਆ, ਕੀ ਸਿੱਟਾ ਨਿਕਲਿਆ, ਆਓ ਸੁਣਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਅਸੀਂ ਜਾਣਾਂਗੇ ਕਿ ਕਿਸਮਤ ਕੀ ਹੈ। ਕਿਸਮਤ ਬਾਰੇ ਅਕਸਰ ਸਾਨੂੰ ਦੋ ਵਿਚਾਰ ਸੁਣਨ ਨੂੰ ਮਿਲਦੇ ਹਨ, ਇੱਕ ਕਿ ਬੰਦਾ ਆਪਣੀ ਕਿਸਮਤ ਆਪ ਲਿਖਦਾ ਹੈ ਅਤੇ ਦੂਜਾ ਕਿ ਪਰਮਾਤਮਾ ਬੰਦੇ ਦੀ ਕਿਸਮਤ ਲਿਖਦਾ ਹੈ। ਮਾਤਾ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਅੱਜ ਸਾਨੂੰ ਗੁਰਬਾਣੀ ਅਨੁਸਾਰ ਸਮਝਾਓ ਕਿ ਕਿਸਮਤ ਕੀ ਹੈ, ਕਿ ਬੰਦਾ ਆਪਣੀ ਕਿਸਮਤ ਆਪ ਲਿਖਦਾ ਹੈ ਕਿ ਪਰਮਾਤਮਾ ਉਸਦੀ ਕਿਸਮਤ ਲਿਖਦਾ ਹੈ। ਇਹਨਾਂ ਦੋਨਾਂ ਵਿਚਾਰਾਂ ਨੂੰ ਅਲੱਗ ਨਹੀਂ ਕੀਤਾ ਜਾ ਸਕਦਾ ਕਿ ਬੰਦਾ ਆਪਣੀ ਕਿਸਮਤ ਆਪ ਲਿਖਦਾ ਹੈ ਕਿ ਉਸਦੀ ਕਿਸਮਤ ਪਰਮਾਤਮਾ ਲਿਖਦਾ ਹੈ। ਇਹਨਾਂ ਦੋਨਾਂ ਵਿਚਾਰਾਂ ਦਾ ਆਪਸ ਵਿੱਚ ਬਹੁਤ ਹੀ ਗਹਿਰਾ ਕਨੈਕਸ਼ਨ ਹੈ। ਕਿਵੇਂ ਹੈ ਗਹਿਰਾ ਕਨੈਕਸ਼ਨ? ਚਲੋ ਮੰਨ ਲਓ ਕਿ ਪਰਮਾਤਮਾ ਹੀ ਸਾਡੀ ਕਿਸਮਤ ਲਿਖਦਾ ਹੈ, ਤਾਂ ਗੁਰੂ ਮਹਾਰਾਜ ਬਾਣੀ ਵਿੱਚ ਸਾਨੂੰ ਸਮਝਾਉਂਦੇ ਨੇ ਕਿ ਪਰਮਾਤਮਾ ਦਾ ਸਾਡੇ ਨਾਲ ਕੀ ਕਨੈਕਸ਼ਨ ਹੈ। ਗੁਰੂ ਮਹਾਰਾਜ ਕਹਿੰਦੇ ਨੇ, ਤੂੰ ਮਾਤ ਪਿਤਾ ਹਮ ਬਾਰਕ ਤੇਰੇ, ਤੁਮਰੀ ਕਿਰਪਾ ਮੈਂ ਸੁੱਖ ਕਨੇਰੇ। ਤੂੰ ਮੇਰਾ ਪਿਤਾ, ਤੂੰ ਹੈ ਮੇਰਾ ਮਾਤਾ, ਤੂੰ ਮੇਰਾ ਬੰਧਪ, ਤੂੰ ਮੇਰਾ ਭਰਾਤਾ। ਮਤਲਬ ਪਰਮਾਤਮਾ ਸਾਡਾ ਮਾਤਾ ਪਿਤਾ ਹੈ। ਨਾਲ ਮਹਾਰਾਜ ਇਹ ਵੀ ਕਹਿੰਦੇ ਨੇ ਕਿ ਪਰਮਾਤਮਾ ਦੇ ਘਰ ਸਦਾ ਹੀ ਇਨਸਾਫ ਹੈ, ਤੇਰੇ ਘਰ ਸਦਾ ਸਦਾ ਹੈ ਨਿਆਉ, ਸੱਚਾ ਆਪ ਸੱਚਾ ਦਰਬਾਰ। ਉਹ ਪਰਮਾਤਮਾ ਜਿਹੜਾ ਸਾਡਾ ਮਾਤਾ ਪਿਤਾ ਹੈ, ਜਿਹਦੇ ਘਰ ਸਦਾ ਸਦਾ ਇਨਸਾਫ ਹੈ, ਉਹ ਫਿਰ ਸਾਡੀ ਕਿਸਮਤ ਕਿਵੇਂ ਦੀ ਲਿਖੇਗਾ? ਚਲੋ ਕਿਰਨਦੀਪ ਕੌਰ ਜੀ, ਤੁਹਾਡੇ ਦੋ ਬੱਚੇ ਨੇ, ਤੁਸੀਂ ਦੱਸੋ ਅਗਰ ਪਰਮਾਤਮਾ ਤੁਹਾਨੂੰ ਕਹੇ ਕਿ ਆਪਣੇ ਦੋਨੋਂ ਬੱਚਿਆਂ ਦੀ ਕਿਸਮਤ ਲਿਖੋ, ਤੁਸੀਂ ਕਿਹੋ ਜਿਹੀ ਕਿਸਮਤ ਲਿਖੋਗੇ? ਬਹੁਤ ਵਧੀਆ ਲਿਖੂੰਗੀ। ਅੱਛਾ, ਕਿਸਮਤ ਲਿਖਣ ਵੇਲੇ ਕੀ ਤੁਸੀਂ ਇਸ ਤਰ੍ਹਾਂ ਲਿਖੋਗੇ ਕਿ ਇੱਕ ਬੱਚਾ ਤੁਹਾਡਾ ਬਹੁਤ ਵਧੀਆ ਹੋਵੇ, ਇੱਕ ਦੀ ਚੰਗੀ ਕਿਸਮਤ ਜਾਂ ਇੱਕ ਦੀ ਮਾੜੀ, ਇਸ ਤਰ੍ਹਾਂ ਤੁਸੀਂ ਲਿਖੋਗੇ? ਨਹੀਂ, ਮੈਂ ਤਾਂ ਦੋਨਾਂ ਦੀ ਬਰਾਬਰ ਲਿਖਾਂਗੀ। ਕਿਉਂ ਤੁਸੀਂ ਬਰਾਬਰ ਲਿਖੋਗੇ? ਕਿਉਂਕਿ ਦੋਨਾਂ ਨੂੰ ਇੱਕੋ ਜਿਹਾ ਹੀ ਪਿਆਰ ਕਰਦੀ ਹਾਂ। ਹਾਂਜੀ, ਤਾਂ ਇਸ ਤਰ੍ਹਾਂ ਪਰਮਾਤਮਾ ਵੀ ਸਾਨੂੰ ਸਾਰਿਆਂ ਨੂੰ ਇੱਕੋ ਜਿਹਾ ਪਿਆਰ ਕਰਦਾ, ਕਿਉਂਕਿ ਉਹ ਸਭ ਦਾ ਹੀ ਮਾਤਾ ਪਿਤਾ ਹੈ, ਕਿਉਂਕਿ ਅਸੀਂ ਸਾਰੇ ਪਰਮਾਤਮਾ ਦੇ ਹੀ ਬੱਚੇ ਹਾਂ। ਕਿ ਪਰਮਾਤਮਾ ਇਸ ਤਰ੍ਹਾਂ ਆਪਣੇ ਬੱਚਿਆਂ ਦੀ ਅਲੱਗ ਅਲੱਗ ਕਿਸਮਤ ਲਿਖ ਸਕਦਾ ਹੈ? ਕਿ ਇੱਕ ਜਣਾ ਬਹੁਤ ਅਮੀਰ ਹੋਵੇ, ਇੱਕ ਜਣਾ ਗਰੀਬੀ ਦਾ ਜੀਵਨ ਭੋਗੇ, ਇੱਕ ਦਾ ਤੰਦਰੁਸਤ ਸਰੀਰ ਔਰ ਦੂਸਰਾ ਰੋਗਾਂ ਦੇ ਨਾਲ ਜਕੜਿਆ ਹੋਇਆ ਸਰੀਰ, ਇੱਕ ਨੂੰ ਦੁਨੀਆਂ ਦੀ ਸਾਰੀ ਸੁੱਖ ਸੁਵਿਧਾ ਮਿਲ ਜਾਵੇ, ਇੱਕ ਦਰ ਦਰ ਦੀਆਂ ਠੋਕਰਾਂ ਖਾਣ ਦੇ ਲਈ ਮਜਬੂਰ ਹੋ ਜਾਵੇ, ਕੀ ਪਰਮਾਤਮਾ ਇਸ ਤਰ੍ਹਾਂ ਦੇ ਬੱਚਿਆਂ ਦੀ ਕਿਸਮਤ ਲਿਖ ਸਕਦਾ? ਪਰ ਇਹ ਹੁੰਦਾ ਜੀਵਨ ਦੇ ਵਿੱਚ। ਸੋ ਪਰਮਾਤਮਾ ਦਾ ਕਿਸਮਤ ਲਿਖਣ ਦਾ ਕੋਈ ਆਧਾਰ ਹੈ, ਕੋਈ ਬੇਸ ਹੈ, ਕੋਈ ਸਿਧਾਂਤ ਨੇ? ਉਹ ਸਿਧਾਂਤ, ਉਹ ਆਧਾਰ ਸਾਨੂੰ ਗੁਰੂ ਮਹਾਰਾਜ ਜੀ ਗੁਰਬਾਣੀ ਵਿੱਚ ਸਮਝਾਉਂਦੇ ਨੇ। ਮਹਾਰਾਜ ਜੀ ਕਹਿੰਦੇ ਨੇ, ਜਿਹਾ ਬੀਜੇ ਸੋਲਣੇ ਮੱਥੇ ਜੋ ਲਿਖਿਆਸ, ਜਿਹਾ ਬੀਜੇ ਸੋਲਣੇ ਕਰਮਾ ਸੰਦੜਾ ਖੇਤ, ਜਿਹਾ ਬੀਜੇ ਸੋਲਣੇ ਪੁਰਬ ਕਿਨੇ ਬੋਇਆ, ਕਰਮੀ ਕਰਮੀ ਹੋਏ ਵਿਚਾਰ, ਸੱਚਾ ਆਪ ਸੱਚਾ ਦਰਬਾਰ। ਸੋ ਗੁਰੂ ਮਹਾਰਾਜ ਜੀ ਸਾਨੂੰ ਬਾਰ ਬਾਰ ਬਾਣੀ ਵਿੱਚ ਕਰਮਾਂ ਦੀ ਫਿਲੋਸਫੀ ਸਮਝਾਉਂਦੇ ਨੇ, ਇਹ ਬੰਦੇ ਇਹ ਮਨੁੱਖ ਜੋ ਵੀ ਤੂੰ ਕਰਮਾਂ ਦੇ ਬੀਜ ਬੀਜਣੇ ਨੇ, ਉਹਨਾਂ ਦਾ ਫਲ ਤੈਨੂੰ ਭੋਗਣਾ ਹੀ ਪੈਣਾ ਹੈ। ਤੋ
ਸੋ ਅਸੀਂ ਪਰਮਾਤਮਾ ਨੂੰ ਦੋਸ਼ ਨਹੀਂ ਦੇ ਸਕਦੇ ਕਿ ਪਰਮਾਤਮਾ ਨੇ ਮੇਰੀ ਬਾਣੀ ਕਿਸਮਤ ਲਿਖ ਦਿੱਤੀ ਜਾਂ ਕਿਸੇ ਦੀ ਚੰਗੀ ਲਿਖ ਦਿੱਤੀ। ਗੁਰੂ ਮਹਾਰਾਜ ਜੀ ਇਹ ਵੀ ਬਾਣੀ ਵਿੱਚ ਸਾਨੂੰ ਬਿਲਕੁਲ ਕਲੀਅਰ ਕਰ ਰਹੇ ਨੇ, ਦੱਦੇ ਦੋਸਤ ਨਾ ਦੇਊ ਕਿਸੈ, ਦੋਸਤ ਕਰਮਾਂ ਆਪਣਿਆ, ਜੋ ਮੈਂ ਕੀਆ ਸੋ ਮੈਂ ਪਾਇਆ, ਦੋਸਤ ਨਾ ਦੀਜੈ ਅਵਰ ਜਨਾ। ਤੋ ਕਿਸੇ ਦਾ ਵੀ ਦੋਸ਼ ਨਹੀਂ, ਜੋ ਕਰਮਾਂ ਦੀ ਬੀਜ ਬੀਜੇ ਨੇ ਉਹਨਾਂ ਕਰਮਾਂ ਦਾ ਫਲ ਹੀ ਹੈ ਜੋ ਸਾਡੀ ਅੱਗੇ ਆ ਕੇ ਕਿਸਮਤ ਬਣ ਜਾਂਦਾ ਹੈ, ਜਾਂ ਇਉਂ ਕਹਿ ਲਓ ਕਰਮ ਹੀ ਕਿਸਮਤ ਹੈ। ਫਿਰ ਮਾਤਾ ਜੀ ਇਹ ਤਾਂ ਸਾਨੂੰ ਸਮਝ ਲੱਗ ਗਈ ਕਿ ਕਰਮਾਂ ਤੋਂ ਹੀ ਕਿਸਮਤ ਬਣਦੀ ਹੈ, ਪਰ ਤੁਸੀਂ ਸਾਨੂੰ ਇਹ ਸਮਝਾਓ ਫਿਰ ਕਰਮ ਕਿਵੇਂ ਬਣਦੇ ਹਨ? ਇਹ ਸਵਾਲ ਬਹੁਤ ਹੀ ਅੱਛਾ ਹੈ, ਕਿਉਂਕਿ ਸਾਨੂੰ ਕਰਮਾਂ 'ਤੇ ਹੀ ਧਿਆਨ ਦੇਣਾ ਚਾਹੀਦਾ ਹੈ। ਕਰਮ ਤਿੰਨ ਤਰ੍ਹਾਂ ਕਰਕੇ ਬਣਦੇ ਨੇ, ਮਨ, ਵਚਨ ਅਤੇ ਕਰਮ। ਮਨ ਮਤਲਬ ਸਾਡੇ ਥੋਟਸ, ਸਾਡੀਆਂ ਅੰਦਰ ਜਿਸ ਤਰ੍ਹਾਂ ਦੀਆਂ ਇੰਟੈਂਸ਼ਨਸ ਨੇ। ਕਈ ਵਾਰ ਕੀ ਹੁੰਦਾ, ਅਸੀਂ ਕਿਸੇ ਨੂੰ ਬੜਾ ਖੁਸ਼ ਹੋ ਕੇ ਮਿਲਦੇ ਹਾਂ, ਲੇਕਿਨ ਅੰਦਰ ਸਾਡੇ ਜਿਹੜੀ ਇੰਟੈਂਸ਼ਨ ਅੱਛੀ ਨਹੀਂ ਹੁੰਦੀ, ਦਿਖਾ ਰਹੇ ਕੁਛ ਹੋਰ ਹੁੰਦੇ ਹਾਂ, ਅੰਦਰ ਕੁਛ ਮਨ ਦੇ ਵਿੱਚ ਮੈਲਾਂ ਚੱਲ ਰਹੀਆਂ ਹੁੰਦੀਆਂ ਨੇ, ਅੰਦਰ ਹੋਰ ਰੂਪ ਹੁੰਦਾ ਹੈ, ਤਾਂ ਇਹ ਵੀ ਸਾਡੇ ਕਰਮ ਬਣਦੇ ਨੇ। ਦੂਸਰਾ ਹੈ ਵਚਨ, ਮਤਲਬ ਬੋਲਾਂ ਕਰਕੇ, ਆਪਣੀ ਬਾਣੀ ਕਰਕੇ। ਕਈ ਵਾਰ ਅਸੀਂ ਕੌੜੇ ਸ਼ਬਦਾਂ ਦਾ ਇਸਤੇਮਾਲ ਕਰ ਦਿੰਦੇ ਹਾਂ, ਜੇ ਇਹੋ ਜਿਹੀ ਦਿਲ 'ਚ ਵੀ ਕਿਸੇ ਨੂੰ ਗੱਲ ਕਹਿ ਦਿੰਦੇ ਹਾਂ ਕਿ ਅੰਦਰੋਂ ਭੁੱਲਦਾ ਹੀ ਨਹੀਂ, ਉਹ ਵੀ ਸਾਡੇ ਕਰਮ ਬਣ ਜਾਂਦੇ ਨੇ। ਅਗਰ ਅਸੀਂ ਮਿੱਠੇ ਸੁਖਦਾਈ ਬੋਲ ਬੋਲੀਏ ਤਾਂ ਸਾਡਾ ਵਾਤਾਵਰਨ, ਮਾਹੌਲ ਕਿੰਨਾ ਸੁੰਦਰ ਬਣ ਜਾਏਗਾ, ਇਹ ਸ਼ੁਭ ਕਰਮਾਂ ਦੇ ਬੀਜ ਬੀਜੇ ਚਲੇ ਜਾਣਗੇ। ਤੀਸਰਾ ਹੈ ਕਰਮ, ਪ੍ਰੈਕਟੀਕਲ ਕਰਮ ਜਿਹੜੇ ਅਸੀਂ ਕਰਦੇ ਹਾਂ। ਅੱਛੇ ਕਰਮ ਵੀ ਅਸੀਂ ਬੀਜ ਸਕਦੇ ਹਾਂ ਔਰ ਮਾੜੇ ਕਰਮ ਵੀ ਬੀਜ ਸਕਦੇ ਹਾਂ। ਅੱਛੇ ਕਿਵੇਂ ਬੀਜ ਸਕਦੇ ਹਾਂ? ਜਿਵੇਂ ਸੇਵਾ, ਸਿਮਰਨ, ਪਰਉਪਕਾਰ, ਕਿਸੇ ਦਾ ਭਲਾ ਕਰਨਾ, ਕਿਸੇ ਦੀ ਹੈਲਪ ਕਰਨੀ, ਇਵੇਂ ਅਸੀਂ ਅੱਛੇ ਕਰਮਾਂ ਦੇ ਬੀਜ ਬੀਜ ਸਕਦੇ ਹਾਂ। ਔਰ ਬੁਰੇ ਕਰਮਾਂ ਦੇ ਬੀਜ ਕਿਵੇਂ ਬੀਜ ਸਕਦੇ ਹਾਂ? ਕਿਸੇ ਨੂੰ ਧੋਖਾ ਦੇ ਦੇਣਾ, ਲੋਭ ਦੇ ਕਾਰਨ ਦਹੇਜ ਮੰਗਣਾ, ਜਾਂ ਕਿਸੇ ਨਾਲ ਠੱਗੀ ਠੋਰੀ ਕਰ ਦੇਣੀ, ਬਦਲਾ ਲੈਣ ਦੀ ਭਾਵਨਾ ਰੱਖ ਕੇ ਕਿਸੇ ਦਾ ਨੁਕਸਾਨ ਕਰ ਦੇਣਾ, ਇਵੇਂ ਅਸੀਂ ਮਾੜੇ ਕਰਮਾਂ ਦੇ ਬੀਜ ਵੀ ਬੀਜ ਸਕਦੇ ਹਾਂ। ਸੋ ਤਿੰਨ ਤਰ੍ਹਾਂ ਕਰਕੇ ਸਾਡੇ ਕਰਮ ਬਣਦੇ ਨੇ, ਸਾਡੀਆਂ ਇੰਟੈਂਸ਼ਨਸ ਕਰਕੇ, ਸਾਡੇ ਵਰਡਸ ਕਰਕੇ ਔਰ ਸਾਡੇ ਐਕਸ਼ਨਸ ਕਰਕੇ। ਸੋ ਅਗਰ ਅਸੀਂ ਵਧੀਆ ਕਿਸਮਤ ਚਾਹੁੰਦੇ ਹਾਂ ਤਾਂ ਇਹਨਾਂ ਤਿੰਨਾਂ ਚੀਜ਼ਾਂ ਦਾ ਅਸੀਂ ਧਿਆਨ ਰੱਖੀਏ, ਨਾ ਹੀ ਮਾੜਾ ਸੋਚੀਏ, ਨਾ ਹੀ ਮਾੜਾ ਬੋਲੀਏ ਔਰ ਨਾ ਹੀ ਕਰਮਾਂ ਦੇ ਮਾੜੇ ਬੀਜ ਬੀਜੀਏ। ਸਾਡਾ ਤਾਂ ਇਹ ਹਿਸਾਬ ਆ, ਇਹਨਾਂ ਚੀਜ਼ਾਂ ਦਾ ਅਸੀਂ ਧਿਆਨ ਨਹੀਂ ਰੱਖਦੇ, ਸਭ ਕੁਛ ਮਾੜਾ ਕਰੀ ਜਾਂਦੇ ਹਾਂ ਔਰ ਚਾਹੁੰਦੇ ਹਾਂ ਕਿ ਸਾਡੀ ਕਿਸਮਤ ਬਹੁਤ ਵਧੀਆ ਹੋਵੇ। ਤਾਂ ਗੁਰੂ ਮਹਾਰਾਜ ਜੀ ਫਿਰ ਸਾਨੂੰ ਕਹਿੰਦੇ ਨੇ, ਬੀਜੇ ਵਿਖ ਮੰਗੇ ਅੰਮ੍ਰਿਤ, ਵੇਖੋ ਇਹੋ ਨਹੀਂ ਆਓ ਵੀ ਕਰਮਾਂ ਦੇ ਬੀਜ ਤਾਂ ਤੁਸੀਂ ਜ਼ਹਿਰ ਵਰਗੇ ਮਾੜੇ ਬੀਜੀ ਜਾਂਦੇ ਹੋ ਔਰ ਚਾਹੁੰਦੇ ਹੋ ਕਿ ਕਿਸਮਤ ਸਾਡੀ ਵਧੀਆ ਹੋ ਜਾਵੇ। ਸੋ ਅਗਰ ਚਾਹੁੰਦੇ ਹਾਂ ਕਿਸਮਤ ਵਧੀਆ ਹੋਵੇ ਤਾਂ ਫਿਰ ਸ਼ੁਭ ਕਰਮਾਂ ਦੇ ਬੀਜ ਬੀਜੇ ਜਾਣ, ਤਾਂ ਕਿ ਸਾਡੀ ਕਿਸਮਤ ਬਹੁਤ ਹੀ ਵਧੀਆ ਹੋ ਜਾਵੇ। ਮਾਤਾ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਕਿ ਤੁਸੀਂ ਸਾਨੂੰ ਗੁਰਬਾਣੀ ਅਨੁਸਾਰ ਸਮਝਾਇਆ ਕਿ ਕਿਸਮਤ ਕਰਮਾਂ ਤੋਂ ਬਣਦੀ ਹੈ, ਇਸ ਲਈ ਵਧੀਆ ਕਰਮਾਂ ਦੇ ਬੀਜ ਬੀਜੇ ਜਾਣ। ਅਗਲੀ ਵਾਰ ਅਸੀਂ ਇੱਕ ਹੋਰ ਸਵਾਲ ਲੈ ਕੇ ਗੁਰਬਾਣੀ ਵਿੱਚੋਂ ਵਿਚਾਰ ਜਾਰੀ ਰੱਖਾਂਗੇ। ਤੁਹਾਡਾ ਬਹੁਤ ਬਹੁਤ ਧੰਨਵਾਦ ਜੀ, ਵਾਹਿਗੁਰੂ ਜੀ ਕਾ ਖਾਲਸਾ। ਗੁਰੂ ਪਿਆਰਿਓ, ਕਿਸਮਤ ਪਰਮਾਤਮਾ ਲਿਖ ਕੇ ਭੇਜਦਾ ਹੈ ਨਹੀਂ ਭੇਜਦਾ, ਇਹ ਤਾਂ ਰੱਬ ਜਾਣੇ, ਪਰ ਹਾਂ ਆਪਣੀ ਕਿਸਮਤ ਸਾਡੇ ਆਪਣੇ ਹੱਥਾਂ 'ਚ ਜ਼ਰੂਰ ਹੁੰਦੀ ਹੈ। ਜੇਕਰ ਅਸੀਂ ਸੱਚਾਈ, ਇਮਾਨਦਾਰੀ ਦੇ ਨਾਲ ਲੋਕ ਭਲਾਈ ਵੱਲ ਧਿਆਨ ਦੇਵਾਂਗੇ, ਸਰਬੱਤ ਦਾ ਭਲਾ ਮੰਗਾਂਗੇ, ਉਸ ਪਰਮਾਤਮਾ ਦੇ ਚਰਨਾਂ 'ਚ ਡਿੱਗੇ ਰਹਾਂਗੇ, ਉਸ ਪਰਮਾਤਮਾ ਦੀ ਸ਼ਰਨ ਵਿੱਚ ਰਹਾਂਗੇ, ਬਾਣੀ ਬਾਣੀ ਦੇ ਧਾਰਨੀ ਹੋਵਾਂਗੇ, ਆਪ ਬਾਣੀ ਕੰਠ ਕਰਾਂਗੇ, ਮਰਿਆਦਾ ਨਿਭਾਵਾਂਗੇ, ਤਾਂ ਮੈਨੂੰ ਨਹੀਂ ਲੱਗਦਾ ਕਿ ਤੁਹਾਡੀ ਕਿਸਮਤ ਕਦੀ ਵੀ ਕੋਈ ਕਹਿ ਸਕਦਾ ਹੈ ਕਿ ਮਾੜੀ ਹੈ। ਕਿਉਂਕਿ ਜਦ ਅਸੀਂ ਗੁਰੂ ਦੀ ਸ਼ਰਨ ਵਿੱਚ ਹੋਵਾਂਗੇ, ਸੱਚਾਈ ਤੇ ਇਮਾਨਦਾਰੀ ਸਾਡੇ ਮਨ ਵਿੱਚ ਹੋਏਗੀ, ਤਾਂ ਤੁਹਾਡੀ ਆਤਮਾ ਵੈਸੇ ਹੀ ਤ੍ਰਿਪਤ ਰਹੂਗੀ ਤੇ ਕਿਸਮਤ ਹਮੇਸ਼ਾ ਬੁਲੰਦੀਆਂ ਤੇ। ਵਿਚਾਰ ਚੰਗੇ ਲੱਗੇ ਹੁਣ ਵੀਡੀਓ ਲਾਈਕ ਤੇ ਸ਼ੇਅਰ ਜ਼ਰੂਰ ਕਰਨਾ, ਬਾਕੀ ਆਪਣੀਆਂ ਭਾਵਨਾਵਾਂ ਵਿੱਚ ਕਮੈਂਟ 'ਚ ਤੁਸੀਂ ਵਿਅਕਤ ਕਰ ਸਕਦੇ ਹੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਉਹ ਕਹਿੰਦੇ ਆ ਨਾ ਕਿ ਦੁਨੀਆ ਉਮੀਦ ਤੇ ਕਾਇਮ ਹੈ। ਅੱਜ ਤੁਹਾਨੂੰ ਮਿਲਾਨੇ ਆ
ਉਹਨਾਂ ਲੋਕਾਂ ਨਾਲ ਜਿਨ੍ਹਾਂ ਦੇ ਗੋਡਿਆਂ ਨੇ ਕੰਮ ਕਰਨਾ ਬੰਦ ਕਰ ਦਿੱਤਾ ਸੀ, ਉਹਨਾਂ ਦਾ ਤੁਰਨਾ ਫਿਰਨਾ ਬੰਦ ਹੋ ਗਿਆ ਸੀ, ਜਾਂ ਉਹਨਾਂ ਨੂੰ ਸੋਟੀ ਜਾਂ ਖੁੰਡੀ ਦੇ ਸਹਾਰੇ ਤੁਰਨਾ ਪੈਂਦਾ ਸੀ। ਪਰ ਪਹਿਲਵਾਨ ਭੋਇਲ ਨਾਲ ਉਹਨਾਂ ਦੇ ਜੀਵਨ 'ਚ ਕੀ ਬਦਲਾਵ ਆਇਆ ਅਤੇ ਅੱਜ ਉਹ ਕੀ ਮਹਿਸੂਸ ਕਰ ਰਹੇ ਹਨ, ਆਓ ਸੁਣਦੇ ਹਾਂ ਉਹਨਾਂ ਦੇ ਮੂੰਹੋਂ। ਕਿੰਨਾ ਕੁ ਬੀਬੀ ਜੀ ਫਰਕ ਆ ਤੁਹਾਨੂੰ ਤੇਲ ਨਾਲ? ਵੀਰ ਜੀ, ਮੈਂ ਡੇਢ ਸ਼ੀਸ਼ੀ ਮਾਲਿਸ਼ ਕਰੀ ਆ। ਅੱਛਾ ਜੀ। ਡੇਢ ਸ਼ੀਸ਼ੀ ਨਾਲ ਤਕਰੀਬਨ ਮੈਨੂੰ ਅੱਧ ਤੋਂ ਵੱਧ ਆਰਾਮ। ਠੀਕ ਹੈ ਜੀ। ਜਿਵੇਂ ਭਾਈ ਸਾਹਿਬ ਕਹਿੰਦੇ ਸੀ ਅੱਗੇ ਨੀਂਦ ਨਹੀਂ ਆਉਂਦੀ ਸੀ? ਨੀਂਦ ਬਿਲਕੁਲ ਨਹੀਂ ਸੀ ਆਉਂਦੀ ਵੀਰ ਜੀ, ਮੈਨੂੰ ਤਾਂ ਕਈ ਸਾਲ ਹੋ ਗਏ ਸੀ ਮੈਂ ਸੁੱਤੀ ਨਹੀਂ ਸੀ। ਅਤੇ ਜਿੱਦਣ ਦੇ ਆ ਤੇਲ ਦੀ ਮਾਲਿਸ਼ ਕਰਦੇ ਹਾਂ ਉਸ ਦਿਨ ਤੋਂ ਮੇਰੀ ਨੀਂਦ ਵੀ ਪੂਰੀ ਆ। ਅਤੇ ਪਰ ਮੈਂ ਖੁੰਡੀ ਨਾਲ ਚੱਲਦੀ ਸੀ। ਹਾਂ, ਮੈਂ ਤੁਹਾਨੂੰ ਉਦਣ ਦੇਖਿਆ, ਤੁਸੀਂ ਆਏ ਜਦੋਂ ਬੜੇ ਪਰੇਸ਼ਾਨ। ਬਹੁਤ ਜ਼ਿਆਦਾ ਔਖੀ ਸੀ ਖੁੰਡੀ ਨਾਲ, ਬੈੱਡ ਤੋਂ ਉੱਠਣਾ ਮੈਂ ਤਾਂ ਵੀ ਖੁੰਡੀ ਨਾਲ ਉੱਠਦੀ ਸੀ। ਤੇ ਹੁਣ ਮੈਂ ਬਿਨਾਂ ਖੁੰਡੀ ਤੋਂ 10 ਦਿਨ ਹੋ ਗਏ, ਮੈਂ ਖੁੰਡੀ ਬਿਲਕੁਲ ਨਹੀਂ ਲਈ। ਬੱਚੇ ਭਾਵੇਂ ਮੇਰੇ ਬੈੱਡ ਦੇ ਕੋਲ ਰੱਖ ਦਿੰਦੇ ਆ ਪਰ ਮੈਂ ਚੱਕਦੀ ਨਹੀਂ ਖੁੰਡੀ। ਤੇ ਤੁਸੀਂ ਤੇਲ ਵਰਤਿਆ? ਹਾਂਜੀ, ਸਿਰਫ 2 ਦਿਨ ਵਰਤਿਆ, ਮੈਨੂੰ ਬਹੁਤ ਫਰਕ ਪੈ ਗਿਆ। ਮੇਰੇ ਗੋਡੇ ਵੀ ਰੋਕਦੇ ਸੀ, ਲੱਤਾਂ ਵੀ ਰੋਕਦੀਆਂ ਸੀ, ਬਹੁਤ ਜ਼ਿਆਦਾ ਫਰਕ ਆ ਮੈਨੂੰ। ਮੈਂ ਤਾਂ ਲੈਣ ਆਈ ਹਾਂ, ਉਹ ਵੀ ਕਿਸੇ ਤੋਂ ਲਿਆ ਸੀ। ਤੁਸੀਂ ਕਿਸੇ ਤੋਂ ਫੜਿਆ ਹੋਣਾ? ਹਾਂਜੀ, ਕਿਸੇ ਤੋਂ ਲਿਆ। ਉਹ ਤੁਹਾਡੇ ਪਿੰਡ ਦੀ ਗੁੱਡੀ ਉਹ ਲੈ ਕੇ ਗਈ? ਪਿੰਡ ਦੀ ਗੁੱਡੀ ਹੈ। ਅੱਛਾ, ਤੁਸੀਂ 2 ਦਿਨ ਮਰਿਆ, ਤੁਸੀਂ ਤੁਹਾਨੂੰ ਮਹਿਸੂਸ ਕਰਦੇ ਹੋ ਠੀਕ ਆ? ਹਾਂਜੀ, ਮੈਨੂੰ ਆਏ ਆ ਵੀ ਹੁਣ ਮੈਂ ਜੇ ਬਾਹਰਾਂ ਦੇ ਕਾਕੇ ਨੂੰ ਭੇਜਦਾ ਵੀ ਉਹਦੇ ਲਈ ਲੱਤ ਦੋ ਜੇ ਠੀਕ ਹੋ ਜਾਊਗੀ, ਯਕੀਨ ਆ ਮੈਨੂੰ ਪੂਰਾ। ਤੁਸੀਂ ਹਫ਼ਤਾ ਕੁ ਪਹਿਲਾਂ ਤੇਲ ਲੈ ਕੇ ਗਏ ਹੋ? ਹਾਂਜੀ। ਹਾਂ, ਹੁਣ ਤੁਸੀਂ ਦੱਸੋ ਵੀ ਹੁਣ ਮੈਨੂੰ ਬਹੁਤ ਬਹੁਤ ਫਰਕ ਆ? ਬਹੁਤ ਫਰਕ ਆ, ਹੁਣ ਬਹੁਤ ਠੀਕ ਆ। ਅੱਛਾ ਜੀ, ਜਿਵੇਂ ਕਿ ਤੁਹਾਡੇ ਤੁਸੀਂ ਜਦੋਂ ਆਏ ਸੀ ਉਦੋਂ ਬਹੁਤ ਪਰੇਸ਼ਾਨੀ 'ਚ ਸੀ, ਮੇਰੀਆਂ ਲੱਤਾਂ ਬਹੁਤ ਦੌੜਦੀਆਂ ਸੀ, ਬੈਕ ਵਾਲੀ ਦੌੜਦੀ ਸੀ। ਠੀਕ ਆ ਜੀ, ਹੁਣ ਮੈਂ ਬਿਲਕੁਲ ਠੀਕ ਆ। ਤੁਸੀਂ ਕਿੰਨੇ ਕੁ ਚਿਰ ਤੋਂ ਢਿੱਲੇ ਸੀਗੇ? ਗੋਡਿਆਂ ਤੋਂ 3 ਦਿਨ ਮੇਰੇ ਹੋ ਗਏ, 2-2.5 ਸਾਲ ਹੋ ਗਏ। ਅੱਛਾ ਜੀ, ਬਹੁਤ ਔਖੇ ਸੀ, ਜ਼ਿਆਦਾ ਔਖੇ ਸੀ। ਹਾਂਜੀ ਹਾਂਜੀ। ਤੇ ਤੁਸੀਂ ਦੱਸਿਆ ਵੀ ਤੁਹਾਡੇ ਤੋਂ ਬਾਥਰੂਮ ਜਾਂ ਬਾਹਰ ਅੰਦਰ ਜਾਇਆ ਨਹੀਂ ਜਾਂਦਾ? ਜਾਇਆ ਜਾਂਦਾ ਸੀ, ਬਹੁਤ ਆਈ ਲੱਗਦਾ ਸੀ ਡਿੱਗੂੰਗੀ ਮੈਂ ਜਦੋਂ ਤੁਰਦੀ ਸੀ, ਗੋਡਿਆਂ ਦਾ ਇੰਨਾ ਔਖਾ ਸੀ। ਠੀਕ ਆ ਜੀ, ਤੇ ਹੁਣ ਤੁਸੀਂ ਠੀਕ ਹੋ? ਹਾਂਜੀ ਹਾਂਜੀ, ਤੇਲ ਨਾਲ ਬਹੁਤ ਮੈਨੂੰ ਫਰਕ ਆ, ਬਹੁਤ ਆਰਾਮ ਆ। ਅੱਜ ਹੀ ਆਰਡਰ ਕਰੋ ਪਹਿਲਵਾਨ ਆਇਲ, ਕਾਲ 9778698000। ਸਿੱਖ ਧਰਮ ਦੀ ਹਰ ਗਤੀਵਿਧੀ ਅਤੇ ਗੁਰਬਾਣੀ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ, ਅਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ।